ਅਸੀਂ ਸੀ ਉਦੋਂ ਫਰੰਟ ਲਾਈਨ ਵਰਕਰ, ਅਸੀਂ ਉਦੋਂ ਵੀ ਸੀਬੀਪੀਆਂ ਦਿੱਤੀਆਂ। ਠੀਕ ਹੈ, ਨਹੀਂ ਮਿਲੂਗੀ ਜਿਹੜੇ ਜਿਹੜੇ ਭੇਜਣਗੇ ਲੜਾਂਗੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ। ਤੁਸੀਂ ਆਪਣੇ ਆਸ ਪਾਸ ਨਿਗਾਹ ਮਾਰੋ, ਜ਼ਿਆਦਾਤਰ ਘਰਾਂ ਵਿੱਚੋਂ ਜਾਂ ਤਾਂ ਕੋਈ ਨਾ ਕੋਈ ਫੋਰਨ ਮਾਈਗ੍ਰੇਟ ਕਰ ਚੁੱਕਿਆ ਹੈ ਜਾਂ ਫਿਰ ਕਰਨ ਦੀ ਸੋਚ ਰਿਹਾ ਹੈ। ਪੰਜਾਬ ਹਰਿਆਣਾ ਸਾਈਡ ਤਾਂ ਜਿਵੇਂ ਟ੍ਰੈਂਡ ਹੀ ਚੱਲ ਰਿਹਾ ਹੈ, ਜ਼ਿਆਦਾ ਮਾਈਗ੍ਰੇਸ਼ਨ ਇੱਧਰੋਂ ਹੀ ਹੋ ਰਹੀ ਹੈ। ਆਪਾਂ 12ਵੀਂ ਪਿੱਛੇ ਪਾਸ ਕਰਦੇ ਹਾਂ ਪਰ ਪਹਿਲਾਂ ਹੀ ਆਪਣਾ ਏਮ ਬਣਾ ਲੈਂਦੇ ਹਾਂ ਕਿ ਅਸੀਂ ਕੈਨੇਡਾ ਹੀ ਜਾਣਾ ਹੈ। ਜੇ ਤੁਸੀਂ ਅੱਜ ਦੀ ਤਰੀਕ ਵਿੱਚ ਕੈਨੇਡਾ ਜਾਣ ਬਾਰੇ ਪਲਾਨ ਕਰ ਰਹੇ ਹੋ ਤਾਂ ਕੀ ਤੁਸੀਂ ਇਹ ਸੋਚ ਅਤੇ ਸਮਝ ਕੇ ਜਾ ਰਹੇ ਹੋ ਕਿ ਅੱਜ ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟ ਦੇ ਕੀ ਹਾਲਾਤ ਨੇ? ਜੇ ਤੁਸੀਂ ਇਹ ਸੋਚ ਅਤੇ ਸਮਝ ਕੇ ਨਹੀਂ ਜਾ ਰਹੇ ਤਾਂ ਤੁਸੀਂ ਇੱਕ ਬਹੁਤ ਵੱਡਾ ਰਿਸਕ ਲੈ ਕੇ ਜਾ ਰਹੇ ਹੋ। ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਹਨੇਰੇ ਵਿੱਚ ਰੱਖ ਰਹੇ ਹੋ। ਅੱਜ ਦੀ ਵੀਡੀਓ ਵਿੱਚ ਅਸੀਂ ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟ ਦੇ ਅੱਜ ਦੇ ਹਾਲਾਤਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਜੋ ਸੁਪਨਾ ਅਸੀਂ ਸੋਚ ਕੇ ਜਾ ਰਹੇ ਹਾਂ ਉਹ ਸਿਰਫ ਸੁਪਨਾ ਹੀ ਹੈ, ਅਸਲੀਅਤ ਇਸ ਤੋਂ ਕੋਸਾਂ ਪਰੇ ਹੈ। ਅੱਜ ਦੀ ਵੀਡੀਓ ਦੇਖਣੀ ਸਭ ਲਈ ਜ਼ਰੂਰੀ ਹੈ, ਜਿਹੜੇ ਫੋਰਨ ਮਾਈਗ੍ਰੇਟ ਕਰ ਚੁੱਕੇ ਉਹਨਾਂ ਲਈ ਵੀ ਅਤੇ ਜਿਨ੍ਹਾਂ ਨੇ ਅਜੇ ਫੋਰਨ ਜਾਣਾ ਹੈ ਉਹਨਾਂ ਲਈ ਵੀ, ਕਿਉਂਕਿ ਜਿਹੜੇ ਫੋਰਨ ਮਾਈਗ੍ਰੇਟ ਕਰ ਚੁੱਕੇ ਉਹ ਸ਼ਾਇਦ ਮੇਰੀਆਂ ਗੱਲਾਂ ਨਾਲ ਰਿਲੇਟ ਕਰ ਪਾਉਣ ਅਤੇ ਜਿਨ੍ਹਾਂ ਨੇ ਅਜੇ ਫੋਰਨ ਜਾਣਾ ਹੈ ਉਹਨਾਂ ਲਈ ਤਾਂ ਇਹ ਵੀਡੀਓ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਅੱਜ ਦੇ ਹਾਲਾਤ ਜਾਣ ਕੇ ਆਪਣਾ ਫੋਰਨ ਜਾਣ ਦਾ ਪਲਾਨ ਬਣਾਉਣ ਅਤੇ ਆਪਣੇ ਆਪ ਨੂੰ ਮੈਂਟਲੀ ਪ੍ਰਿਪੇਅਰ ਕਰ ਸਕਣ। ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖਿਓ, ਕਿਉਂਕਿ ਅਖੀਰ ਵਿੱਚ ਅਸੀਂ ਤੁਹਾਨੂੰ ਗਾਈਡੈਂਸ ਦਿੱਤੀ ਹੈ ਕਿ ਜੇ ਐਜ਼ ਅ ਸਟੂਡੈਂਟ ਜਾਂ ਵਰਕਰ ਤੁਸੀਂ ਫੋਰਨ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਤੁਹਾਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਕੀ ਹੈ ਮਾਈਗ੍ਰੇਸ਼ਨ? ਪ੍ਰਵਾਸ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਣਾ, ਉਹ ਫਿਰ ਕਿਸੇ ਵੀ ਕਾਰਨ ਕਰਕੇ ਹੋ ਸਕਦਾ ਹੈ, ਵਧੀਆ ਕੰਮ ਦੀ ਭਾਲ ਵਿੱਚ ਜਾਂ ਫਿਰ ਵਧੀਆ ਐਜੂਕੇਸ਼ਨ ਦੀ ਭਾਲ ਵਿੱਚ। ਪੰਜਾਬ ਵਿੱਚੋਂ ਜ਼ਿਆਦਾ ਮਾਈਗ੍ਰੇਸ਼ਨ ਬੇਰੁਜ਼ਗਾਰੀ, ਨਸ਼ਾ, ਸਿਕਿਉਰਿਟੀ ਅਤੇ ਕੁਝ ਲੋਕ ਦੇਖਾ ਦੇਖੀ ਵੀ ਜਾ ਰਹੇ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਨੇ ਜਿਨ੍ਹਾਂ ਬਾਰੇ ਅਸੀਂ ਆਪਣੀ ਵੀਡੀਓ ਪੰਜਾਬ ਮਾਈਗ੍ਰੇਸ਼ਨ ਵਿੱਚ ਬਹੁਤ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਤੁਸੀਂ ਇੱਕ ਵਧੀਆ ਅੰਡਰਸਟੈਂਡਿੰਗ ਲਈ ਉਹ ਵੀਡੀਓ ਜ਼ਰੂਰ ਦੇਖਿਓ, ਉਸ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਮੈਂਸ਼ਨ ਕਰ ਦਿੱਤਾ ਹੈ। ਅੱਜ ਦੀ ਤਾਰੀਖ ਵਿੱਚ ਜੇ ਤੁਸੀਂ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਤੁਹਾਡੇ ਕੋਲ 27-28 ਲੱਖ ਰੁਪਇਆ ਹੋਣਾ ਚਾਹੀਦਾ ਹੈ। ਮੋਟਾ ਮੋਟਾ ਜੇ ਆਪਾਂ ਹਿਸਾਬ ਲਗਾਈਏ ਤਾਂ 12 ਲੱਖ ਤਾਂ ਤੁਹਾਡੀ ਫੀਸ ਹੀ ਹੋਗੀ, GIC ਵੀ ਹੁਣ ਵੱਧ ਕੇ 6 ਲੱਖ ਤੋਂ 12 ਲੱਖ ਹੋਗੀ, ਆਈਲੈਟਸ PT ਦਾ ਖਰਚਾ ਅਤੇ ਤੁਹਾਡੀ ਸ਼ੋਪਿੰਗ, ਇਹ ਸਾਰਾ ਕੁਛ ਲਗਾ ਕੇ 27-28 ਲੱਖ ਰੁਪਇਆ ਬਣਦਾ ਹੈ। ਹੁਣ ਆਪ ਸੋਚੋ ਕਿ ਇੱਕ ਮਿਡਲ ਕਲਾਸ ਫੈਮਿਲੀ ਕੋਲ ਇੰਨਾ ਪੈਸਾ ਘਰ ਤਾਂ ਪਿਆ ਨਹੀਂ ਹੁੰਦਾ। ਅਸੀਂ ਇੱਥੇ ਮਿਡਲ ਕਲਾਸ ਫੈਮਿਲੀ ਦੀ ਗੱਲ ਤਾਂ ਕਰ ਰਹੇ ਹਾਂ ਕਿਉਂਕਿ ਜ਼ਿਆਦਾ ਮਾਈਗ੍ਰੇਸ਼ਨ ਮਿਡਲ ਕਲਾਸ ਫੈਮਿਲੀ ਦੇ ਵਿੱਚੋਂ ਹੀ ਹੋ ਰਹੀ ਹੈ। ਹੁਣ ਮਿਡਲ ਕਲਾਸ ਫੈਮਿਲੀ ਕੋਲ 2 ਵਸੀਲੇ ਨੇ, ਜਾਂ ਤਾਂ ਉਹ ਲੋਨ ਲੈ ਸਕਦੇ ਨੇ ਜਾਂ ਫਿਰ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਇਹ ਇੰਨਾ ਪੈਸਾ ਇਕੱਠਾ ਕਰ ਸਕਦੇ ਨੇ। 27-28 ਲੱਖ ਰੁਪਇਆ ਇੱਕੋ ਝਟਕੇ ਦੇ ਵਿੱਚ ਲੱਗ ਜਾਣਾ ਹੈ। ਅਜੇ ਤੁਹਾਨੂੰ ਕੈਨੇਡਾ ਪਹੁੰਚ ਕੇ ਕੋਈ ਸ਼ਿਓਰਿਟੀ ਨਹੀਂ ਕਿ ਤੁਹਾਨੂੰ ਜਾਂਦਿਆਂ ਸਾਰ ਕੰਮ ਮਿਲ ਜਾਣਾ, ਅਸਲ ਸਟਰਗਲ ਤਾਂ ਤੁਹਾਡਾ ਕੈਨੇਡਾ ਪਹੁੰਚਦਿਆਂ ਸਾਰ ਸ਼ੁਰੂ ਹੋਣਾ। ਕੈਨੇਡਾ ਪਹੁੰਚਦਿਆਂ ਸਾਰ ਹੀ ਸਭ ਤੋਂ ਪਹਿਲਾ ਸਟਰਗਲ ਹੈ ਘਰ ਲੱਭਣ ਦਾ। ਜਿੰਨੀ ਤੇਜ਼ੀ ਨਾਲ ਕੈਨੇਡਾ ਵਿੱਚ ਜਨਸੰਖਿਆ ਵੱਧ ਰਹੀ ਹੈ ਓਨੀ ਤੇਜ਼ੀ ਨਾਲ ਘਰ ਨਹੀਂ ਬਣ ਰਹੇ। ਹਰ ਸਾਲ 5 ਲੱਖ ਪ੍ਰਵਾਸੀ ਲੋਕ ਕੈਨੇਡਾ ਆਉਂਦੇ ਹਨ। ਜੇਕਰ ਡਾਟਾ 'ਤੇ ਗੌਰ ਕਰੀਏ ਤਾਂ ਜੇਕਰ ਆਉਂਦੇ 6-7 ਸਾਲਾਂ ਤੱਕ ਕੈਨੇਡਾ ਸਰਕਾਰ ਨੇ 40 ਲੱਖ ਘਰ ਨਾ ਬਣਾਏ
ਤਾਂ ਬਹੁਤ ਸਾਰੇ ਲੋਕ ਬੇਘਰ ਹੋ ਜਾਣਗੇ। ਹੁਣ ਇੰਝ ਤਾਂ ਹੈ ਨਹੀਂ ਕਿ ਇੰਡੀਆ ਵਾਂਗ ਆਪਾਂ ਆਪਣੀ ਮਰਜ਼ੀ ਨਾਲ ਕਿੱਥੇ ਅਤੇ ਕਿਵੇਂ ਮਰਜ਼ੀ ਘਰ ਬਣਾ ਲਈਏ। ਕੈਨੇਡਾ ਵਿੱਚ ਘਰ ਬਣਾਉਣ ਦਾ ਜ਼ਿੰਮਾ ਸਰਕਾਰ 'ਤੇ ਹੈ। ਵੱਧਦੀ ਮਾਈਗ੍ਰੇਸ਼ਨ ਕਰਕੇ ਕੈਨੇਡਾ ਦੀ ਸਰਕਾਰ ਹਾਊਸਿੰਗ ਦੀ ਪ੍ਰੋਬਲਮ ਸੋਲਵ ਨਹੀਂ ਕਰ ਪਾ ਰਹੀ। ਜੇਕਰ ਇੰਝ ਹੀ ਚੱਲਦਾ ਰਿਹਾ ਤਾਂ ਆਉਂਦੇ ਸਮੇਂ ਤੱਕ ਕੈਨੇਡਾ ਵਿੱਚ ਹਾਊਸ ਰੈਂਟ ਰਿਕਾਰਡ ਤੋੜ ਹੋ ਜਾਣਗੇ। ਫਿਰ ਆਮ ਬੰਦੇ ਲਈ ਜਾਂ ਫਿਰ ਇੱਕ ਇੰਟਰਨੈਸ਼ਨਲ ਸਟੂਡੈਂਟ ਲਈ ਉੱਥੇ ਸਰਵਾਈਵ ਕਰਨਾ ਹੋਰ ਵੀ ਔਖਾ ਹੋ ਜਾਣਾ। ਹੁਣ ਐਜ਼ ਅ ਸਟੂਡੈਂਟ ਜੇ ਤੁਸੀਂ ਕੈਨੇਡਾ ਵਿੱਚ ਰੂਮ ਰੈਂਟ 'ਤੇ ਲੈਂਦੇ ਹੋ ਤਾਂ ਤੁਹਾਨੂੰ 4-5 ਸਟੂਡੈਂਟ ਨਾਲ ਹੋਰ ਰੂਮ ਸ਼ੇਅਰ ਕਰਨਾ ਪਏਗਾ, ਕਿਉਂਕਿ ਅਕੋਮੋਡੇਸ਼ਨ ਹੀ ਬਹੁਤ ਮਹਿੰਗੀ ਹੈ ਕੈਨੇਡਾ ਦੇ ਵਿੱਚ। ਕਈ ਕੇਸਿਸ ਦੇ ਵਿੱਚ ਤਾਂ ਕਿੰਨੇ ਕਿੰਨੇ ਸਟੂਡੈਂਟ ਛੋਟੀ ਛੋਟੀਆਂ ਬੇਸਮੈਂਟਸ ਦੇ ਵਿੱਚ ਰਹਿ ਰਹੇ ਹਨ। ਹੁਣ ਜੇਕਰ ਤੁਹਾਡੀ ਰਹਿਣ ਸਹਿਣ ਦੀ ਪ੍ਰੋਬਲਮ ਸੋਲਵ ਵੀ ਹੋ ਜਾਂਦੀ ਹੈ ਤਾਂ ਅਗਲਾ ਵੱਡਾ ਸਟਰਗਲ ਹੈ ਕੰਮ ਲੱਭਣ ਦਾ। ਕੈਨੇਡਾ ਪਹੁੰਚਣ ਤੋਂ ਪਹਿਲਾਂ ਅਸੀਂ ਇਹੀ ਸੋਚ ਕੇ ਜਾਂਦੇ ਹਾਂ ਕਿ ਸਾਨੂੰ ਜਾਂਦਿਆਂ ਸਾਰੀ ਕੰਮ ਮਿਲ ਜਾਣਾ, ਪਰ ਅੱਜ ਦੀ ਸੱਚਾਈ ਇਹ ਹੈ ਕਿ ਉੱਥੇ ਸਟੂਡੈਂਟ 6-6, 7-7 ਮਹੀਨਿਆਂ ਤੋਂ ਵਿਹਲੇ ਬੈਠੇ ਨੇ। ਇੱਕ ਦਿਨ ਵੀ ਵਿਹਲੇ ਬੈਠਣਾ ਔਖਾ ਹੈ। ਗਰੋਸਰੀ ਮਹਿੰਗੀ ਹੋ ਰਹੀ ਹੈ, ਰੂਮ ਰੈਂਟ ਵੱਧ ਰਹੇ ਨੇ, ਅਤੇ ਫਿਰ ਇਸ ਸਭ ਦੇ ਵਿੱਚ ਸਟੂਡੈਂਟ ਨੇ ਆਪਣੇ ਨੈਕਸਟ ਈਅਰ ਦੀ ਫੀਸ ਵੀ ਜੋੜਨੀ ਹੈ। ਇੰਨਾ ਸਭ ਕੁਛ ਉਸਨੇ ਮੈਨੇਜ ਕਰਨਾ। ਹੁਣ ਇਹ ਤਾਂ ਹੈ ਨਹੀਂ ਕਿ ਉੱਥੇ ਬਿਲਕੁਲ ਵੀ ਕੰਮ ਨਹੀਂ। ਕਈਆਂ ਨੂੰ ਲੱਕੀਲੀ ਜਾਂਦਿਆਂ ਸਾਰ ਕੰਮ ਮਿਲ ਜਾਂਦਾ ਹੈ ਅਤੇ ਕਈ ਰਿਜ਼ਿਊਮੇ ਬਣਦੇ ਨਹੀਂ ਥੱਕਦੇ। ਇੱਕ ਇੱਕ ਜੋਬ ਲਈ ਕਿੰਨੇ ਕਿੰਨੇ ਸਟੂਡੈਂਟਸ ਲਾਈਨਸ ਦੇ ਵਿੱਚ ਖੜ੍ਹੇ ਨੇ। ਜੇਕਰ ਤੁਸੀਂ ਇੰਪਲੋਇਰ ਕੋਲ ਕੰਮ ਮੰਗਣ ਜਾਂਦੇ ਹੋ ਤਾਂ ਇੰਪਲੋਇਰ ਨੂੰ ਫੁੱਲ ਟਾਈਮ ਕੰਮ ਕਰਨ ਵਾਲਾ ਬੰਦਾ ਚਾਹੀਦਾ ਹੈ, ਪਰ ਤੁਸੀਂ ਪਾਰਟ ਟਾਈਮ ਹੀ ਕੰਮ ਕਰ ਸਕਦੇ ਹੋ। ਕੈਨੇਡਾ ਦੇ ਰੂਲਸ ਅਨੁਸਾਰ ਇੱਕ ਸਟੂਡੈਂਟ ਹਫ਼ਤੇ ਵਿੱਚ 20 ਘੰਟੇ ਹੀ ਕੰਮ ਕਰ ਸਕਦਾ ਹੈ। ਹੁਣ ਜੇਕਰ ਤੁਸੀਂ 20 ਘੰਟੇ ਤੋਂ ਵੱਧ ਕੰਮ ਕਰਨਾ ਹੈ, ਜੋ ਕਿ ਇਲੀਗਲ ਹੈ, ਉਹ ਤੁਹਾਨੂੰ ਕੈਸ਼ 'ਤੇ ਕਰਨਾ ਪੈਂਦਾ ਹੈ। ਇਹਨਾਂ ਕੇਸਿਸ ਦੇ ਵਿੱਚ ਇੰਪਲੋਇਰ ਤੁਹਾਨੂੰ ਬਹੁਤ ਐਕਸਪਲੋਇਟ ਕਰਦਾ ਹੈ। ਕਈ ਕੇਸਿਸ ਦੇ ਵਿੱਚ ਤਾਂ ਤੁਹਾਨੂੰ ਤੁਹਾਡੀ ਜੋਬ ਦੇ ਅਕੋਰਡਿੰਗ ਪੈਸੇ ਨਹੀਂ ਮਿਲਦੇ ਅਤੇ ਕਈ ਵਾਰ ਤਾਂ ਇੰਪਲੋਇਰ ਤੁਹਾਡੇ ਸਾਰੇ ਪੈਸੇ ਹੀ ਮਾਰ ਜਾਂਦਾ ਹੈ। ਇਹਨਾਂ ਸਭ ਦੇ ਵਿੱਚ ਇੱਕ ਹੋਰ ਇਸ਼ੂ ਹੈ ਰੈਫਰੈਂਸਿਸ ਦਾ, ਜਿਸ ਨੂੰ ਅਸੀਂ ਪੰਜਾਬੀ ਵਿੱਚ ਸਿਫਾਰਿਸ਼ ਕਹਿੰਦੇ ਹਾਂ। ਜੇਕਰ ਤੁਹਾਡੇ ਕੈਨੇਡਾ ਵਿੱਚ ਵਧੀਆ ਲਿੰਕਸ ਜਾਂ ਕਨੈਕਟਸ ਨੇ ਤਾਂ ਤੁਹਾਨੂੰ ਉੱਥੇ ਜੋਬ ਆਸਾਨੀ ਨਾਲ ਮਿਲ ਜਾਏਗੀ, ਪਰ ਜੇਕਰ ਤੁਸੀਂ ਬਿਲਕੁਲ ਐਜ਼ ਅ ਨਿਊ ਸਟੂਡੈਂਟ ਕੈਨੇਡਾ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਉੱਥੇ ਬਹੁਤ ਸਟਰਗਲ ਕਰਨਾ ਪਏਗਾ ਜੋਬ ਲੱਭਣ ਲਈ। ਜੋਬਸ ਦੀ ਪ੍ਰੋਬਲਮ ਸਿਰਫ ਇੰਟਰਨੈਸ਼ਨਲ ਸਟੂਡੈਂਟ ਨੂੰ ਨਹੀਂ ਆ ਰਹੀ, ਬਲਕਿ ਉੱਥੋਂ ਦੇ ਲੋਕਾਂ ਨੂੰ ਵੀ ਆ ਰਹੀ ਹੈ, ਜਿਸ ਕਰਕੇ ਰੇਸਿਜ਼ਮ ਦੇ ਕੇਸਿਸ ਉੱਥੇ ਵੱਧ ਰਹੇ ਨੇ। ਵਾਟਰਲੂ ਪੁਲਿਸ ਨੇ 2020-23 ਦੇ ਵਿਚਕਾਰ 387 ਕ੍ਰਾਈਮ ਰਿਪੋਰਟ ਕੀਤੇ। ਇਹ ਕ੍ਰਾਈਮ ਜ਼ਿਆਦਾਤਰ ਇੰਡੀਅਨਸ ਵੱਲੋਂ ਰਿਪੋਰਟ ਕਰਵਾਏ ਗਏ ਸਨ, ਪਰ ਚਿੰਤਾ ਵਾਲੀ ਗੱਲ ਹੈ ਕਿ ਬਹੁਤ ਸਾਰੇ ਪ੍ਰਵਾਸੀ ਇਸ ਕ੍ਰਾਈਮ ਨੂੰ ਰਿਪੋਰਟ ਹੀ ਨਹੀਂ ਕਰਵਾਉਂਦੇ, ਕਿਉਂਕਿ ਐਜ਼ ਅ ਸਟੂਡੈਂਟ ਜਦੋਂ ਤੁਸੀਂ ਨਵੇਂ ਜਾਂਦੇ ਹੋ ਤਾਂ ਤੁਸੀਂ ਕੋਰਟ ਕਚਹਿਰੀਆਂ ਦੇ ਚੱਕਰਾਂ ਤੋਂ ਬਚਦੇ ਹੋ, ਜਿਸ ਕਰਕੇ ਇਹ ਕ੍ਰਾਈਮ ਅਨਰਿਪੋਰਟਡ ਰਹਿ ਜਾਂਦੇ ਨੇ। ਹੁਣ ਇੱਥੇ ਹਿਸਟਰੀ ਦੀ ਇੱਕ ਘਟਨਾ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। 1906 ਵਿੱਚ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੰਜਾਬੀਆਂ ਦੀ ਸੰਖਿਆ ਵਧੀ ਤਾਂ ਉੱਥੋਂ ਦੇ ਲੋਕਾਂ ਨੇ ਪੰਜਾਬੀਆਂ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹਨਾਂ ਅਕੋਰਡਿੰਗ ਪੰਜਾਬੀ ਉਹਨਾਂ ਦੀਆਂ ਜੋਬਸ ਖਾ ਰਹੇ ਸਨ। ਫਿਰ ਲੋਕਾਂ ਨੇ ਪੰਜਾਬੀਆਂ ਨੂੰ ਕੰਮ ਤੋਂ ਕੱਢਣਾ ਸ਼ੁਰੂ ਕਰ ਦਿੱਤਾ, ਉਹਨਾਂ ਦਾ ਬੋਇਕਾਟ ਕੀਤਾ। ਉੱਥੇ ਪੁਲਿਸ ਨੇ ਵੀ ਲੋਕਾਂ ਦਾ ਸਾਥ ਦਿੱਤਾ ਅਤੇ ਪੰਜਾਬੀਆਂ ਨੂੰ ਬਹੁਤ ਹਰਾਸ ਕੀਤਾ। ਨਫ਼ਰਤ ਪੰਜਾਬੀਆਂ ਖਿਲਾਫ਼ ਇੰਨੀ ਵਧੀ ਕਿ 1907 ਦੇ ਵਿੱਚ ਉੱਥੇ ਰਾਈਟਸ ਵੀ ਹੋਏ ਸਨ। ਕਹਿੰਦੇ ਨੇ ਕਿ ਹਿਸਟਰੀ ਰਿਪੀਟਸ ਇਟਸੈਲਫ। ਅੱਜ ਇਹੋ ਜਿਹੇ ਹਾਲਾਤ ਕੈਨੇਡਾ ਵਿੱਚ ਦੁਬਾਰਾ ਬਣਨੇ ਸ਼ੁਰੂ ਹੋ ਗਏ ਹਨ। ਹੁਣ ਇਹਨਾਂ ਪ੍ਰੋਬਲਮਸ ਨੂੰ ਹੈਂਡਲ ਕਰਨਾ ਪ੍ਰਵਾਸੀ ਸਟੂਡੈਂਟ ਲਈ ਬਹੁਤ ਔਖਾ ਹੁੰਦਾ ਹੈ। ਜੋ ਗ੍ਰੈਜੂਏਸ਼ਨ ਤੋਂ ਬਾਅਦ ਇੱਥੇ ਆਇਆ ਉਹ ਤਾਂ ਫਿਰ ਵੀ ਕਿਤੇ ਨਾ ਕਿਤੇ ਸਿਚੁਏਸ਼ਨ ਨੂੰ ਹੈਂਡਲ ਕਰ ਲੈਂਦਾ ਹੈ, ਪਰ ਜੋ ਆਇਆ ਹੀ +2 ਤੋਂ ਬਾਅਦ ਹੈ, ਜਿਸ ਦੀ ਉਮਰ 16-17 ਸਾਲ ਹੈ, ਉਸ ਲਈ ਇਸ ਸਿਚੁਏਸ਼ਨ ਨੂੰ ਹੈਂਡਲ ਕਰਨਾ ਬਹੁਤ ਔਖਾ ਹੁੰਦਾ ਹੈ, ਕਿਉਂਕਿ ਇੱਕ ਤਾਂ ਉਹ ਮੈਂਟਲੀ ਡਿਵੈਲਪ ਨਹੀਂ ਹੁੰਦਾ, ਇੱਕ ਉਸ ਵਿੱਚ ਇੰਨੀ ਮੈਚੋਰਿਟੀ ਨਹੀਂ ਹੁੰਦੀ। ਇਹਨਾਂ ਸਟੂਡੈਂਟ ਵਿੱਚੋਂ ਹੀ ਕੁਝ ਵਧੀਆ ਸੰਗਤ ਨਾਲ ਮਿਲਣ ਕਰਕੇ ਡਰੱਗਸ ਦਾ ਰਸਤਾ ਚੁਣ ਲੈਂਦੇ ਨੇ। ਸਟ੍ਰੈਸ ਡਿਪਰੈਸ਼ਨ ਤੋਂ ਛੁਟਕਾਰਾ ਪਾਉਣ ਲਈ ਡਰੱਗ ਓਵਰਡੋਸ ਕਰਕੇ ਸਟੂਡੈਂਟਸ ਆਪਣੀ ਜਾਨ ਗੁਆ ਬੈਠਦੇ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ 2023 ਦੇ ਪਹਿਲੇ 7 ਮਹੀਨਿਆਂ ਵਿੱਚ ਡਰੱਗ ਓਵਰਡੋਸ ਕਰਕੇ 1455 ਸਟੂਡੈਂਟਸ ਦੀ ਜਾਨ ਗਈ, ਜਿਸ ਦਾ ਮਤਲਬ ਹਰ ਦਿਨ 6 ਮੌਤਾਂ। ਇਹ ਕੋਈ ਛੋਟੀ ਗੱਲ ਨਹੀਂ ਹੈ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ, ਕਿਉਂਕਿ ਇਹ ਕੰਟੈਂਟ ਬਣਾਉਣ ਲਈ ਬਹੁਤ ਹੀ ਮਿਹਨਤ ਲੱਗਦੀ ਹੈ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਤੁਸੀਂ ਇਸ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ।
ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਵੀ ਕਰੋ। ਹੁਣ ਟੌਪਿਕ ਤੇ ਵਾਪਿਸ ਆਉਂਦੇ ਹਾਂ। ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਗਿਆਨੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ 80% ਸਟੂਡੈਂਟ ਦੀ ਡੈਥ ਦਾ ਕਾਰਨ ਡਰੱਗਸ ਦੀ ਓਵਰਡੋਸ ਹੈ। ਇਸ ਤੋਂ ਤਾਂ ਇਹੀ ਪਤਾ ਲੱਗਦਾ ਹੈ ਕਿ ਕੈਨੇਡਾ ਵਿੱਚ ਨਸ਼ਾ ਪੰਜਾਬ ਨਾਲੋਂ ਕਿਤੇ ਜ਼ਿਆਦਾ ਹੈ। ਸਿਰਫ ਨਸ਼ੇ ਕਾਰਨ ਪੰਜਾਬ ਛੱਡ ਕੇ ਫੋਰਨ ਮਾਈਗ੍ਰੇਟ ਕਰਨਾ, ਇਹ ਗਲਤ ਫਹਿਮੀ ਹੈ ਤੁਹਾਡੀ। ਓਵਰਡੋਸ ਕਿੰਨੀ ਵੱਡੀ ਸਮੱਸਿਆ ਹੈ ਜੀ ਉਹਨਾਂ ਮੌਤਾਂ ਦੇ ਪਿੱਛੇ? ਪਿਛਲੇ 2 ਸਾਲਾਂ ਦੇ ਵਿੱਚ ਤਕਰੀਬਨ $2,00,000 ਅਸੀਂ ਜਿਹੜਾ ਡੈੱਡ ਬੋਡੀ ਦੀ ਸੇਵਾ ਸੰਭਾਲ 'ਤੇ ਖਰਚ ਕੀਤਾ ਔਰ ਉਹਦੇ ਵਿੱਚੋਂ ਤਕਰੀਬਨ ਜਿਹੜੀਆਂ 80% ਜਿਹੜੀਆਂ ਡੈਥ ਵਾ ਜੀ ਉਹਦਾ ਜਿਹੜਾ ਕਾਰਨ ਆ ਉਹ ਡਰੱਗ ਵਾ। ਸਾਡੇ ਉੱਥੇ ਇੱਕ ਧਾਰਨਾ ਬਣੀ ਹੋਈ ਆ, ਜੇ ਨਿਆਣਾ ਕੋਈ ਗਲਤ ਕੰਮ ਕਰਦਾ ਵੀ ਹੈ ਤਾਂ ਆਪਾਂ ਕਹਿ ਦਿੰਦੇ ਇਹਨੂੰ ਇੱਥੋਂ ਕੱਢੋ ਤਾਂ ਸ਼ਾਇਦ ਸੁਧਰ ਜਾਊਗਾ ਜੀ। ਪਰ ਉਹਨਾਂ ਨੂੰ ਹੁਣ ਇਹ ਪਤਾ ਥੋੜ੍ਹਾ ਵੀ ਜਿਹੜੀ ਚੀਜ਼ ਇੱਥੇ ਤੁਸੀਂ ਇਹਨੂੰ ਜੇ ਚੀਜ਼ 'ਚੋਂ ਕੱਢਣਾ ਚਾਹੁੰਦੇ ਉੱਥੇ ਵੀ ਇਹ ਚੀਜ਼ ਮਿਲਣੀ ਹੈ ਜਾ ਕੇ ਇਹਨੂੰ। ਆਏ ਦਿਨ ਆਪਾਂ ਨਿਊਜ਼ ਚੈਨਲਸ 'ਤੇ ਇੰਟਰਨੈਸ਼ਨਲ ਸਟੂਡੈਂਟ ਦੀਆਂ ਡੈਥ ਦੀਆਂ ਖਬਰਾਂ ਸੁਣਦੇ ਹਾਂ, ਉਹ ਫਿਰ ਕਿਸੇ ਵੀ ਕਾਰਨ ਕਰਕੇ ਹੋਵੇ, ਸੁਸਾਈਡ, ਮਰਡਰ, ਐਕਸੀਡੈਂਟ ਜਾਂ ਫਿਰ ਡਰੱਗ ਓਵਰਡੋਸ, ਇਹ ਇੱਕ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਹੱਸਦਾ ਖੇਡਦਾ ਬੱਚਾ ਆਪਾਂ ਫੌਰਨ ਭੇਜਦੇ ਹਾਂ ਤਾਂ ਫਿਰ ਜਦੋਂ ਉਸਦੀ ਡੈੱਡ ਬੋਡੀ ਆਉਂਦੀ ਹੈ ਕਿਸੇ ਵੀ ਫੈਮਿਲੀ ਲਈ ਇੱਕ ਹਾਰਟ ਬ੍ਰੇਕਿੰਗ ਫੀਲਿੰਗ ਹੁੰਦੀ ਹੈ, ਇਹ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਤੋਂ ਬਾਅਦ ਇੱਕ ਧਿਆਨ ਦੇਣ ਵਾਲਾ ਇਸ਼ੂ ਹੈ ਕੈਨੇਡਾ ਦਾ ਹੈਲਥ ਇਨਫਰਾਸਟ੍ਰਕਚਰ। ਸਟਾਫ ਦੀ ਸ਼ੋਰਟੇਜ ਹੋਣ ਕਰਕੇ ਇਲਾਜ ਲਈ ਆਪਣੀ ਵਾਰੀ ਦੀ ਲੰਬੇ ਸਮੇਂ ਤੱਕ ਵੇਟ ਕਰਨਾ ਇਹ ਇੱਕ ਆਮ ਗੱਲ ਹੈ। ਸਰਜਰੀ ਲਈ ਵੇਟਿੰਗ ਪੀਰੀਅਡ ਇੱਥੇ ਐਵਰੇਜ 6 ਮਹੀਨੇ ਹੈ। ਕਈ ਥਾਵਾਂ 'ਤੇ ਤਾਂ ਹਾਲਾਤ ਹੋਰ ਵੀ ਮਾੜੇ ਨੇ। ਨੋਵਾ ਸਕੋਸ਼ੀਆ ਵਿੱਚ ਡਾਕਟਰ ਨੂੰ ਦਿਖਾਉਣ ਤੋਂ ਬਾਅਦ ਤੁਹਾਨੂੰ ਇਲਾਜ ਕਰਨ ਲਈ 1 ਸਾਲ ਤੱਕ ਵੇਟ ਕਰਨਾ ਪਏਗਾ। ਪ੍ਰਿੰਸ ਐਡਵਰਡ ਆਈਲੈਂਡ ਵੀ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ। ਇਹ ਸੁਣ ਕੇ ਦਿਮਾਗ ਖਰਾਬ ਹੋ ਜਾਂਦਾ ਹੈ ਕਿ ਇਲਾਜ ਦੀ ਜ਼ਰੂਰਤ ਤਾਂ ਤੁਹਾਨੂੰ ਅੱਜ ਹੈ ਪਰ ਇਸ ਲਈ ਤੁਹਾਨੂੰ 6 ਮਹੀਨੇ ਤੋਂ 1 ਸਾਲ ਤੱਕ ਵੇਟ ਕਰਨਾ ਪਏਗਾ, ਜਿਸ ਕਰਕੇ ਕਈ ਵਾਰ ਪੇਸ਼ੈਂਟ ਆਪਣੀ ਜਾਨ ਗੁਆ ਬੈਠਦੇ ਨੇ। ਇੱਕ ਰਿਪੋਰਟ ਅਨੁਸਾਰ 2022-23 ਵਿੱਚ 17,000 ਪੇਸ਼ੈਂਟਸ ਦੀ ਡੈੱਥ ਹੋਈ। ਇਸ ਦਾ ਕਾਰਨ ਕੀ ਸੀ? ਆਪਣੀ ਵਾਰੀ ਲਈ ਉਹ ਲੰਬੇ ਸਮੇਂ ਤੱਕ ਵੇਟ ਕਰਦੇ ਰਹੇ। ਜੇਕਰ ਇਹਨਾਂ ਪੇਸ਼ੈਂਟਸ ਦਾ ਇਲਾਜ ਸਹੀ ਸਮੇਂ 'ਤੇ ਹੋ ਜਾਂਦਾ ਤਾਂ ਇਹਨਾਂ ਵਿੱਚੋਂ ਕੁਝ ਦੀ ਜਾਨ ਬਚਾਈ ਜਾ ਸਕਦੀ ਸੀ, ਇਹ ਰਿਪੋਰਟ ਕਹਿੰਦੀ ਹੈ। ਇਸੇ ਕਰਕੇ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ NRI ਲੋਕ ਇੰਡੀਆ ਵਿੱਚ ਇਲਾਜ ਕਰਾਉਣ ਆਉਂਦੇ ਹਨ। ਹੁਣ ਗੱਲ ਕਰਦੇ ਹਾਂ ਵਰਕ ਪਰਮਿਟ ਬਾਰੇ। ਤੁਸੀਂ ਸਾਰਿਆਂ ਨੇ ਖਬਰਾਂ ਵਿੱਚ ਸੁਣਿਆ ਹੀ ਹੋਣਾ ਕਿ ਇੰਟਰਨੈਸ਼ਨਲ ਸਟੂਡੈਂਟ ਵਰਕ ਪਰਮਿਟ ਦੀ ਐਕਸਟੈਂਸ਼ਨ ਨੂੰ ਲੈ ਕੇ ਜਗ੍ਹਾ ਜਗ੍ਹਾ ਦੇ ਪ੍ਰੋਟੈਸਟ ਕਰ ਰਹੇ ਨੇ। ਇਸ ਸਭ ਦੇ ਵਿੱਚ ਕੈਨੇਡਾ ਸਰਕਾਰ ਨੇ ਵਰਕ ਪਰਮਿਟ ਨੂੰ ਲੈ ਕੇ ਹੋਰ ਨਵੇਂ ਰੂਲ ਜਾਰੀ ਕਰ ਦਿੱਤੇ, ਜਿਸ ਕਾਰਨ ਸਟੂਡੈਂਟ ਦੀਆਂ ਮੁਸ਼ਕਿਲਾਂ ਆਉਂਦੇ ਸਮੇਂ ਹੋਰ ਵੀ ਵੱਧ ਜਾਣਗੀਆਂ। ਪੱਕਾ ਤਾਂ ਮੈਂ ਉਦੋਂ ਹੀ ਹੋ ਗਿਆ ਸੀ ਜਦੋਂ ਘਰਦਿਆਂ ਨੂੰ ਰੋਂਦਾ ਛੱਡ ਕੇ, ਭੈਣਾਂ ਨੂੰ ਰੋਂਦਾ ਛੱਡ ਕੇ ਮੈਂ ਉੱਥੋਂ ਜਹਾਜ਼ ਚੜ ਗਿਆ ਸੀ। ਪੱਕਾ ਤਾਂ ਮੈਂ ਉਦੋਂ ਹੀ ਹੋ ਗਿਆ ਸੀ ਜਦੋਂ ਦਿਨੇ ਕਾਲਜ, ਰਾਤ ਨੂੰ ਕੰਮ ਤੇ ਫਿਰ ਘਰਦਿਆਂ ਨੂੰ ਫੇਰ ਵੀ ਹੱਸ ਕੇ ਕਹੀਦਾ ਸੀ ਵੀ ਚੜ੍ਹਦੀ ਕਲਾ ਦੇ ਵਿੱਚ ਹਾਂ। ਪੱਕਾ ਤਾਂ ਮੈਂ ਉਦੋਂ ਹੀ ਹੋ ਗਿਆ ਸੀ ਜਦੋਂ ਜਿਨ੍ਹਾਂ ਨੇ ਸਾਡੇ ਨਾਂ ਰੱਖੇ, ਜਿਨ੍ਹਾਂ ਨੇ ਸਾਨੂੰ ਤੁਰਨਾ, ਜਿਨ੍ਹਾਂ ਨੇ ਸਾਨੂੰ ਬੋਲਣਾ ਸਿਖਾਇਆ, ਉਹਨਾਂ ਦੇ ਸੰਸਕਾਰ ਸਾਨੂੰ ਵੀਡੀਓ ਕਾਲਾਂ ਤੇ ਦੇਖਣੇ ਪਏ। ਇਹਨਾਂ ਨਵੇਂ ਰੂਲਸ ਅਨੁਸਾਰ ਜੇਕਰ ਤੁਹਾਡਾ ਕੋਰਸ ਸਰਕਾਰ ਦੁਆਰਾ ਲਿਸਟਡ ਹੈ ਤਾਂ ਹੀ ਤੁਹਾਨੂੰ ਕੈਨੇਡਾ ਵਿੱਚ ਵਰਕ ਪਰਮਿਟ ਮਿਲ ਸਕੇਗਾ। ਵਰਕ ਪਰਮਿਟ ਨੂੰ ਲੈ ਕੇ LMIA ਦੇ ਨਾਮ ਤੇ ਇੱਕ ਸਕੈਮ ਵੀ ਚੱਲ ਰਿਹਾ ਹੈ। LMIA ਦਾ ਮਤਲਬ ਹੈ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ। ਇਹ ਇੱਕ ਪ੍ਰੋਸੈਸ ਹੈ ਜਿਸ ਦੇ ਦੁਆਰਾ ਕੈਨੇਡਾ ਦਾ ਇੰਪਲੋਇਰ ਹੋਰਨਾਂ ਦੇਸ਼ਾਂ ਜਿਵੇਂ ਇੰਡੀਆ ਦੇ ਵਿੱਚੋਂ ਵਰਕਰ ਬੁਲਾ ਸਕਦਾ ਹੈ। ਇਹ ਇੱਕ ਪੋਜ਼ਿਟਿਵ ਪ੍ਰੋਗਰਾਮ ਹੈ। ਇਹ ਨੋਰਮਲੀ ਉਦੋਂ ਇਸ਼ੂ ਹੁੰਦਾ ਜਦੋਂ ਕੈਨੇਡਾ ਦੇ ਇੰਪਲੋਇਰ ਨੂੰ ਲੋਕਲ ਮਾਰਕੀਟ ਵਿੱਚੋਂ ਬੰਦਾ ਨਹੀਂ ਮਿਲਦਾ। ਅੱਜ ਕੱਲ੍ਹ ਦੇ ਸਮੇਂ ਵਿੱਚ ਇਸ ਦੇ ਨਾਮ 'ਤੇ ਲੱਖਾਂ ਕਰੋੜਾਂ ਰੁਪਏ ਦਾ ਬਿਜ਼ਨਸ ਚੱਲ ਰਿਹਾ ਹੈ। ਕੁਝ ਜਾਲੀ ਏਜੰਟ $40,000 to $50,000 ਦੇ ਵਿਚਕਾਰ ਇਸ਼ੂ ਕਰਵਾ ਰਹੇ ਨੇ। ਇੰਨੇ ਪੈਸੇ ਲਾ ਕੇ ਵੀ ਕੋਈ ਸ਼ੋਰਿਟੀ ਨਹੀਂ, ਕਿਉਂਕਿ ਕਾਫੀ ਕੇਸਿਸ ਦੇ ਵਿੱਚ ਕੈਨੇਡਾ ਪਹੁੰਚ ਕੇ ਇੰਪਲੋਇਰ ਤੁਹਾਨੂੰ ਐਕਸਪਲੋਇਟ ਕਰਦਾ ਹੈ
ਕੰਮ ਤੁਹਾਡੇ ਤੋਂ ਜ਼ਿਆਦਾ ਕਰਵਾਉਂਦਾ ਪਰ ਪੈਸੇ ਉਸਦੇ ਨਹੀਂ ਦਿੰਦਾ, ਅਤੇ ਕਈ ਵਾਰ ਤਾਂ ਏਜੰਟ ਤੁਹਾਡੇ ਤੋਂ ਪੈਸੇ ਲੈ ਲੈਂਦੇ ਨੇ ਪਰ ਤੁਹਾਨੂੰ ਬਾਹਰ ਹੀ ਨਹੀਂ ਭੇਜਦੇ, ਟੋਟਲੀ ਫਰੋਡ ਹੁੰਦਾ ਤੁਹਾਡੇ ਨਾਲ। ਇਹੋ ਜਿਹੇ ਕੇਸਿਸ ਤੁਹਾਨੂੰ ਆਪਣੇ ਆਸ ਪਾਸ ਵੀ ਆਮ ਸੁਣਨ ਨੂੰ ਮਿਲਣਗੇ, ਜਿਨ੍ਹਾਂ ਵਿੱਚ ਏਜੰਟ ਲੋਕਾਂ ਨਾਲ ਧੋਖਾ ਕਰਕੇ ਠੱਗੀ ਕਰਕੇ ਆਪ ਲੱਖਪਤੀ ਬਣ ਗਏ ਹਨ। ਹੁਣ ਆਪਾਂ ਆਉਂਦੇ ਹਾਂ ਵੀਡੀਓ ਦੇ ਸਭ ਤੋਂ ਇੰਪੋਰਟੈਂਟ ਪਾਰਟ 'ਤੇ ਕਿ ਜੇਕਰ ਐਜ਼ ਅ ਸਟੂਡੈਂਟ ਤੁਸੀਂ ਫੋਰਨ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਤੁਹਾਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਪੁਆਇੰਟ ਕਿ ਜੇਕਰ ਤੁਸੀਂ ਕੋਈ ਕੋਰਸ ਲੈ ਰਹੇ ਹੋ ਤਾਂ ਤੁਸੀਂ ਉਸ ਕੋਰਸ 'ਤੇ ਰਿਸਰਚ ਕਰੋ, ਯੂਟਿਊਬ ਵੀਡੀਓਜ਼ ਦੇਖੋ, ਵੱਧ ਤੋਂ ਵੱਧ ਇਨਫੋਰਮੇਸ਼ਨ ਇਕੱਠੀ ਕਰੋ ਤਾਂ ਜੋ ਤੁਹਾਨੂੰ ਉਸ ਕੋਰਸ ਦੀ ਪੂਰੀ ਨੌਲੇਜ ਹੋਵੇ। ਇਸ ਤੋਂ ਬਿਨਾਂ ਕਈ ਇੰਸਟੀਟਿਊਟ ਵੀ ਨੇ ਜਿਹੜੇ ਤੁਹਾਨੂੰ ਫ੍ਰੀ ਆਫ ਕੋਸਟ ਗਾਈਡੈਂਸ ਦਿੰਦੇ ਨੇ, ਜਿਵੇਂ IDP। ਇਹਨਾਂ ਇੰਸਟੀਟਿਊਟ ਤੋਂ ਤੁਸੀਂ ਆਪਣੇ ਕੋਰਸ ਬਾਰੇ, ਯੂਨੀਵਰਸਿਟੀ ਬਾਰੇ, ਫੀਸ ਨੂੰ ਲੈ ਕੇ, ਕੋਰਸਿਸ ਨੂੰ ਲੈ ਕੇ ਸਾਰੀ ਇਨਫੋਰਮੇਸ਼ਨ ਲਓ। ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਵੱਧ ਤੋਂ ਵੱਧ ਜਾਣਕਾਰੀ ਆਪਣੇ ਕੋਰਸ ਨੂੰ ਲੈ ਕੇ, ਤੁਹਾਡਾ ਕੋਰਸ ਕੈਨੇਡਾ ਦੀ ਜੋਬ ਮਾਰਕੀਟ ਵਿੱਚ ਰੈਲੀਵੈਂਟ ਹੈ ਜਾਂ ਨਹੀਂ ਹੈ, ਇਸ ਬਾਰੇ ਚੰਗੀ ਤਰ੍ਹਾਂ ਵਧੀਆ ਰਿਸਰਚ ਕਰੋ ਅਤੇ ਜਾਣਕਾਰੀ ਇਕੱਠੀ ਕਰੋ। ਜ਼ਿਆਦਾ ਸਟੂਡੈਂਟਸ ਦੇਖਾ ਦੇਖੀ ਜਾਂ ਫਿਰ ਏਜੰਟ ਦੇ ਕਹਿਣ 'ਤੇ ਕੋਰਸਿਸ ਲੈ ਲੈਂਦੇ ਨੇ, ਪਰ ਤੁਸੀਂ ਇੱਦਾਂ ਨਾ ਕਰੋ। ਤੁਸੀਂ ਕੈਨੇਡਾ ਦੀ ਜੋਬ ਮਾਰਕੀਟ ਦੇਖ ਕੇ ਹੀ ਆਪਣੇ ਕੋਰਸਿਸ ਡਿਸਾਈਡ ਕਰੋ ਤਾਂ ਜੋ ਤੁਹਾਨੂੰ ਲੌਂਗ ਟਰਮ ਵਿੱਚ ਉਸਦਾ ਫਾਇਦਾ ਹੋਵੇ, ਵਾਈਟ ਕਾਲਰ ਜੋਬ ਮਿਲ ਸਕੇ ਅਤੇ PR ਵੀ ਆਸਾਨੀ ਨਾਲ ਮਿਲ ਸਕੇ। ਦੂਜਾ ਪੁਆਇੰਟ ਹੈ, ਏਜੰਟਸ 'ਤੇ 100% ਡਿਪੈਂਡ ਨਾ ਹੋਵੋ, ਕਿਉਂਕਿ ਏਜੰਟ ਨੇ ਤੁਹਾਡੇ ਨਾਲ ਨਹੀਂ ਜਾਣਾ, ਜਾ ਕੇ ਪ੍ਰੋਬਲਮ ਤੁਹਾਨੂੰ ਹੀ ਆਉਣੀ ਹੈ। ਏਜੰਟ ਨੂੰ ਹਰ ਪਹਿਲੂ 'ਤੇ ਕੁਐਸਚਨ ਕਰੋ, ਚਾਹੇ ਯੂਨੀਵਰਸਿਟੀ ਨੂੰ ਲੈ ਕੇ, ਚਾਹੇ ਕੋਰਸ ਨੂੰ ਲੈ ਕੇ, ਜਾਂ ਫਿਰ ਫੀਸ ਨੂੰ ਲੈ ਕੇ ਹੈ। ਇਹ ਕੁਐਸਚਨ ਤੁਸੀਂ ਏਜੰਟ ਨੂੰ ਤਾਂ ਹੀ ਕਰ ਸਕਦੇ ਹੋ ਜੇਕਰ ਤੁਸੀਂ ਖੁਦ ਰਿਸਰਚ ਕੀਤੀ ਹੋਵੇਗੀ। ਇਸ ਲਈ ਸਾਰੇ ਇੰਸਟੀਟਿਊਟਸ ਨਾਲ ਗੱਲਬਾਤ ਕਰੋ, ਏਜੰਟਸ ਨਾਲ ਗੱਲਬਾਤ ਕਰੋ, ਪਰ ਡਿਸੀਜਨ ਆਪਣਾ ਖੁਦ ਦਾ ਲਵੋ। ਤੀਜਾ ਪੁਆਇੰਟ ਹੈ ਸਕਿੱਲ ਦਾ। ਕੈਨੇਡਾ ਜਾਣ ਤੋਂ ਪਹਿਲਾਂ ਸਾਨੂੰ ਇਹੀ ਹੁੰਦਾ ਕਿ ਸਾਨੂੰ ਜਾਂਦਿਆਂ ਸਾਰ ਕੰਮ ਮਿਲ ਜਾਏ, ਬਸ ਫਿਰ ਜੇਕਰ ਤੁਸੀਂ ਬਾਹਰ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਨਵੀਆਂ ਸਕਿੱਲ ਸਿੱਖੋ, ਜਿਵੇਂ ਕੰਸਟਰਕਸ਼ਨ, ਪਲੰਬਿੰਗ, ਕੁਕਿੰਗ, ਵੈਲਡਿੰਗ, ਡਰਾਈਵਿੰਗ। ਇਹ ਇਹੋ ਜਿਹੀਆਂ ਸਕਿੱਲਸ ਨੇ ਜੋ ਤੁਸੀਂ ਥੋੜ੍ਹੇ ਸਮੇਂ ਵਿੱਚ ਸਿੱਖ ਸਕਦੇ ਹੋ ਅਤੇ ਤੁਹਾਨੂੰ ਕੈਨੇਡਾ ਜਾ ਕੇ ਕੰਮ ਲੱਭਣ ਵਿੱਚ ਓਨੀ ਪਰੇਸ਼ਾਨੀ ਨਹੀਂ ਆਏਗੀ। ਏਮ ਚਾਹੇ ਤੁਹਾਡਾ ਕੋਈ ਵੀ ਹੋਵੇ, ਪਰ ਤੁਸੀਂ ਇੰਡੀਆ ਵਿੱਚ ਇਹਨਾਂ ਸਕਿੱਲਸ 'ਤੇ ਕੰਮ ਜ਼ਰੂਰ ਕਰੋ ਤਾਂ ਜੋ ਤੁਸੀਂ ਕੈਨੇਡਾ ਦੀ ਜੋਬ ਮਾਰਕੀਟ ਵਿੱਚ ਸਟੈਂਡ ਆਊਟ ਕਰ ਸਕੋ। ਫੋਰਥ ਪੁਆਇੰਟ ਹੈ ਲੋਕੇਸ਼ਨ। ਇਹ ਇੱਕ ਅਜਿਹਾ ਪੁਆਇੰਟ ਹੈ ਜੇਕਰ ਇਸ 'ਤੇ ਤੁਸੀਂ ਰਿਸਰਚ ਕਰਕੇ ਜਾਓਗੇ ਤਾਂ ਤੁਹਾਡੀ ਕੁਝ ਹੱਦ ਤੱਕ ਟੈਨਸ਼ਨ ਖਤਮ ਹੋ ਸਕਦੀ ਹੈ। ਰਿਸਰਚ ਕਿਵੇਂ ਕਰੋਗੇ? ਤੁਸੀਂ ਆਪਣੀ ਫੈਮਿਲੀ, ਫਰੈਂਡ, ਰਿਲੇਟਿਵ ਜਿਹੜੇ ਆਲਰੇਡੀ ਕੈਨੇਡਾ ਵਿੱਚ ਸੈਟਲ ਨੇ, ਜਾਂ ਫਿਰ ਯੂਟਿਊਬ ਵਲੌਗਸ 'ਤੇ ਜਾਣਕਾਰੀ ਹਾਸਲ ਕਰੋ। ਪਤਾ ਕਰੋ ਕਿ ਤੁਹਾਡੀ ਲੋਕੇਸ਼ਨ 'ਤੇ ਜੋਬ ਮਾਰਕੀਟ ਕੀ ਹੈ, ਕਿਹੜੀਆਂ ਸਕਿੱਲਸ ਡਿਮਾਂਡ ਦੇ ਵਿੱਚ ਹਨ, ਉੱਥੇ ਵੈਦਰ ਕਿਹੋ ਜਿਹਾ ਹੈ, PR ਨੂੰ ਲੈ ਕੇ ਕੀ ਰੂਲਸ ਨੇ। ਇਹਨਾਂ ਸਭ ਬਾਰੇ ਜਾਣਕਾਰੀ ਹਾਸਲ ਕਰੋ ਅਤੇ ਲੌਂਗ ਟਰਮ ਵਿੱਚ ਤਾਂ ਕਿ ਤੁਹਾਨੂੰ ਕੋਈ ਵੀ ਨੁਕਸਾਨ ਨਾ ਹੋਵੇ। ਅੱਜ ਦੀ ਤਾਰੀਖ ਵਿੱਚ ਇਹਨਾਂ ਸਾਰੇ ਪੁਆਇੰਟਸ ਅਤੇ ਪਹਿਲੂਆਂ ਬਾਰੇ ਜਾਣਕਾਰੀ ਲੈ ਕੇ ਜਾਣਾ ਤੁਹਾਡਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਉਹ ਕੈਨੇਡਾ ਨਹੀਂ ਜਿਹੜਾ 5-6 ਸਾਲ ਪਹਿਲਾਂ ਸੀ, ਜਿੱਥੇ ਜੋਬ ਮਾਰਕੀਟ ਵੀ ਠੀਕ ਸੀ ਅਤੇ ਹਾਊਸਿੰਗ ਦੀ ਪ੍ਰੋਬਲਮ ਵੀ ਨਹੀਂ ਸੀ, ਪੈਸਾ ਵੀ ਬਣਦਾ ਸੀ। ਅੱਜ ਹਾਲਾਤ ਕੁਝ ਹੋਰ ਨੇ ਉੱਥੇ। ਹੁਣ ਗੱਲ ਕਰਾਂਗੇ ਇੱਕ ਅਹਿਮ ਸਵਾਲ 'ਤੇ ਕਿ ਕੀ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਮਾਈਗ੍ਰੇਸ਼ਨ 'ਤੇ ਪੂਰਾ ਬੈਨ ਲਗਾਉਣ ਜਾ ਰਿਹਾ? ਦੇਖੋ, ਇਸ ਨੂੰ ਆਂਸਰ ਕਰਨ ਲਈ ਦੋ ਪਹਿਲੂਆਂ 'ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ। ਪਹਿਲਾ, ਕਿ ਮਾਈਗ੍ਰੇਸ਼ਨ ਦਾ ਕੈਨੇਡਾ ਨੂੰ ਨੁਕਸਾਨ ਕੀ ਹੈ। ਦੂਸਰਾ, ਮਾਈਗ੍ਰੇਸ਼ਨ ਦਾ ਕੈਨੇਡਾ ਨੂੰ ਫਾਇਦਾ ਕੀ ਹੈ। ਪਹਿਲਾਂ ਗੱਲ ਕਰਾਂਗੇ ਨੁਕਸਾਨ ਬਾਰੇ। ਜਿਵੇਂ ਜਿਵੇਂ ਉੱਥੇ ਮਾਈਗ੍ਰੇਸ਼ਨ ਵੱਧ ਰਹੀ ਹੈ, ਲੋਕਾਂ ਦੀਆਂ ਜੋਬ ਅਪੋਰਚੁਨਿਟੀਜ਼ ਘੱਟ ਰਹੀਆਂ ਨੇ, ਮਹਿੰਗਾਈ ਵੱਧ ਰਹੀ ਹੈ, ਹਾਊਸਿੰਗ ਦੀ ਪ੍ਰੋਬਲਮ ਹੋ ਰਹੀ ਹੈ, ਜਿਸ ਕਰਕੇ ਲੋਕ ਕੈਨੇਡਾ ਸਰਕਾਰ ਵਿਰੁੱਧ ਪ੍ਰੋਟੈਸਟ ਕਰ ਰਹੇ ਨੇ। ਸਰਕਾਰ ਕਦੇ ਨਹੀਂ ਚਾਹੇਗੀ ਕਿ ਉਹ ਆਪਣੇ ਵੋਟ ਬੈਂਕ ਨੂੰ ਨਿਰਾਸ਼ ਕਰੇ, ਜਿਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਸਰਕਾਰ ਸਖ਼ਤ ਰੂਲ ਲੈ ਕੇ ਆ ਰਹੀ ਹੈ ਤਾਂ ਜੋ ਮਾਈਗ੍ਰੇਸ਼ਨ ਨੂੰ ਠੱਲ ਪਾਈ ਜਾ ਸਕੇ। ਸਰਕਾਰ ਨੇ ਵੋਟ ਬੈਂਕ ਨੂੰ ਖੁਸ਼ ਰੱਖਣਾ ਹੈ ਅਤੇ ਇਸ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਮਾਈਗ੍ਰੇਸ਼ਨ ਨੂੰ ਲੈ ਕੇ ਹੋਰ ਵੀ ਸਖ਼ਤ ਰੂਲ ਲੈ ਕੇ ਆਵੇ। ਦੂਜਾ ਪਹਿਲੂ ਹੈ ਮਾਈਗ੍ਰੇਸ਼ਨ ਦਾ ਫਾਇਦਾ। ਕੈਨੇਡਾ ਵਿੱਚ ਹਰ ਸਾਲ ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਯੂਨੀਵਰਸਿਟੀਜ਼ $20 billion ਕਮਾ ਰਹੀਆਂ ਹਨ। ਸਿੱਧਾ ਸਿੱਧਾ ਇਹ ਪੈਸਾ ਕੈਨੇਡਾ ਦੀ ਇਕਾਨਮੀ ਵਿੱਚ ਹੀ ਜਾ ਰਿਹਾ ਹੈ। $20 billion ਮਤਲਬ $2,000 crore। ਕੈਨੇਡਾ ਸਰਕਾਰ ਨਹੀਂ ਚਾਹੇਗੀ ਕਿ ਉਹਨਾਂ ਦੀ ਇਕਾਨਮੀ ਨੂੰ ਇੰਨਾ ਵੱਡਾ ਲੌਸ ਹੋਵੇ। ਇਸ ਦੇ ਨਾਲ ਹੀ ਕੈਨੇਡਾ ਵਿੱਚ ਬਜ਼ੁਰਗਾਂ ਦੀ ਪਾਪੂਲੇਸ਼ਨ ਤੇਜ਼ੀ ਨਾਲ ਵੱਧ ਰਹੀ ਹੈ।
2026 ਤੋਂ 31 ਤੱਕ ਇੱਕ ਬੂਮ ਪੀਰੀਅਡ ਆਵੇਗਾ ਜਿਸ ਵਿੱਚ ਜਨਸੰਖਿਆ ਹੋਰ ਤੇਜ਼ੀ ਨਾਲ ਵਧੇਗੀ। ਜੇਕਰ ਹੁਣ ਮਾਈਗ੍ਰੇਸ਼ਨ 'ਤੇ ਕੈਨੇਡਾ ਟੋਟਲੀ ਬੈਨ ਲਗਾਉਂਦਾ ਹੈ ਤਾਂ ਉਹਨਾਂ ਦੀ ਇਕੋਨਮੀ ਵਿੱਚ ਕੰਮ ਕਰਨ ਲਈ ਨੌਜਵਾਨ ਪੀੜ੍ਹੀ ਨਹੀਂ ਰਹਿਣੀ, ਜਿਸ ਨਾਲ ਉਹਨਾਂ ਦੀ ਇਕੋਨਮੀ ਸਲੋਅ ਹੋ ਜਾਵੇਗੀ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਵੀ ਦੇਸ਼ ਦੀ ਇਕੋਨਮੀ ਨੂੰ ਚਲਾਉਣ ਲਈ ਨੌਜਵਾਨਾਂ ਦਾ ਕਿੰਨਾ ਵੱਡਾ ਯੋਗਦਾਨ ਹੈ, ਸੋ ਇਹ ਕੈਨੇਡਾ ਕਦੇ ਨਹੀਂ ਚਾਹੇਗਾ। ਸੋ ਮੁੱਕਦੀ ਗੱਲ ਇਹ ਹੈ ਕਿ ਕੈਨੇਡਾ ਵਿੱਚ ਅਗਲੇ ਸਾਲ ਇਲੈਕਸ਼ਨਜ਼ ਆ ਰਹੇ ਨੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਪਾਪੂਲੈਰਿਟੀ ਘੱਟ ਰਹੀ ਹੈ, ਜਿਸ ਕਰਕੇ ਸਰਕਾਰ ਮਾਈਗ੍ਰੇਸ਼ਨ ਦੇ ਖਿਲਾਫ ਸਖ਼ਤ ਤੋਂ ਸਖ਼ਤ ਰੂਲਸ ਲੈ ਕੇ ਆ ਰਹੀ ਹੈ ਤਾਂ ਜੋ ਵੋਟ ਬੈਂਕ ਨੂੰ ਖੁਸ਼ ਰੱਖਿਆ ਜਾ ਸਕੇ। ਬਾਕੀ ਮਾਈਗ੍ਰੇਸ਼ਨ 'ਤੇ ਪੂਰੀ ਤਰ੍ਹਾਂ ਬੈਨ ਲਗਾਉਣਾ, ਇਹ ਚਾਹੇ ਕੈਨੇਡਾ ਦੀ ਕੋਈ ਵੀ ਸਰਕਾਰ ਆ ਜਾਏ, ਉਸ ਲਈ ਇੰਪੋਸੀਬਲ ਹੈ। ਸੋ ਚਿੰਤਾ ਦੀ ਕੋਈ ਗੱਲ ਨਹੀਂ, ਫੋਰਨ ਜਾਣ ਤੋਂ ਪਹਿਲਾਂ ਜੋ ਵੀ ਪੁਆਇੰਟਸ ਅਸੀਂ ਇਸ ਵੀਡੀਓ ਵਿੱਚ ਦੱਸੇ ਨੇ ਉਹਨਾਂ ਬਾਰੇ ਸੋਚ ਸਮਝ ਕੇ ਅਤੇ ਵਿਚਾਰ ਕਰਕੇ ਆਪਣਾ ਡਿਸੀਜਨ ਬਣਾਓ। ਸੋ ਸਾਡਾ ਇਸ ਵੀਡੀਓ ਦੇ ਥਰੂ ਮੈਸੇਜ ਇਹੀ ਹੈ ਕਿ ਫੋਰਨ ਜਾਓ, ਕਮਾਈ ਕਰੋ, ਪਰ ਅਖੀਰ ਪੰਜਾਬ ਵਿੱਚ ਆਓ, ਆਪਣਾ ਪੈਸਾ ਪੰਜਾਬ ਵਿੱਚ ਇਨਵੈਸਟ ਕਰੋ, ਆਪਣੀਆਂ ਜ਼ਮੀਨਾਂ ਨਾ ਵੇਚੋ। ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਵੀ ਕਰ ਦਿਓ, ਕਿਉਂਕਿ ਇਸ ਨਾਲ ਸਾਨੂੰ ਹੌਸਲਾ ਮਿਲਦਾ ਹੈ। ਅਸੀਂ ਇਸ ਤਰ੍ਹਾਂ ਦਾ ਕੰਟੈਂਟ ਹੋਰ ਵੀ ਵਧੀਆ ਢੰਗ ਨਾਲ ਅਤੇ ਹੋਰ ਵੀ ਵੱਧ ਰਿਸਰਚ ਕਰਕੇ ਤੁਹਾਡੇ ਸਭ ਦੇ ਸਾਹਮਣੇ ਪੇਸ਼ ਕਰੀਏ। ਚੈਨਲ ਸੰਬੰਧੀ ਕੋਈ ਵੀ ਵਿਚਾਰ ਤੁਸੀਂ ਕਮੈਂਟਾਂ ਵਿੱਚ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਤੁਹਾਡੇ ਸਾਥ ਦੀ ਬਹੁਤ ਲੋੜ ਹੈ। ਸਤਿ ਸ਼੍ਰੀ ਅਕਾਲ।